ਪਤਾ ਨੈਕਸਟ ਵੀਕ ਵਰਕ ਸ਼ੁਰੂ ਹੋ ਰਿਹਾ। ਕਿਹੜੇ ਵਾਰ ਤੋਂ? ਨੈਕਸਟ ਮੰਡੇ ਤੋਂ। ਅੱਛਾ, ਲੋਕੀ ਵਧੀਆ ਮੰਦਰ ਵੀ ਜਾਂਦੇ, ਫਿਰ ਵਧੀਆ ਹੁੰਦਾ ਪ੍ਰੋਗਰਾਮ ਜਾਣ ਦਾ ਬਾਅਦ। ਉਹਨੇ ਮੇਰਾ ਦਿਲ ਕਰਦਾ ਸੀ ਮੈਂ ਰੱਖਾਂ, ਪਰ ਮੈਂ ਕਦੀ ਰੱਖੇ ਨਹੀਂ, ਮੈਨੂੰ ਪਤਾ ਹੀ ਨਹੀਂ ਵੀ ਕੀ ਕਰੀਦਾ। ਹਾਂ ਨਹੀਂ, ਕੁਛ ਖਾਸ ਨਹੀਂ ਹੁੰਦਾ, ਆਪਾਂ ਕਰ ਲਵਾਂਗੇ ਰਲ ਕੇ, ਦੱਸਦਾ ਵੀ ਕਿੱਦਾਂ ਕਰਨਾ ਹੁੰਦਾ। ਹਾਂ ਚੱਲ ਠੀਕ ਹੈ, ਮੈਨੂੰ ਜੇ ਕੁਛ ਨਾ ਪਤਾ ਲੱਗਿਆ ਮੈਂ ਤੁਹਾਨੂੰ ਫੋਨ ਕਰਾਂਗੀ। ਹਾਂਜੀ, ਮੈਨੂੰ ਦੱਸੀ ਜਾਏਗੀ ਕੀ ਕੁਛ ਕਰੀਦਾ। ਹਾਂਜੀ ਜ਼ਰੂਰ। ਅਤੇ ਵੈਸੇ ਬਹਾਨੇ ਚਲੋ ਥੋੜ੍ਹੀ ਜਿਹੀ ਡਾਈਟਿੰਗ ਵੀ ਹੋ ਜਾਏਗੀ। ਹਾਂਜੀ ਵਧੀਆ, ਗੁੱਡ ਆਈਡੀਆ। ਚੱਲ ਠੀਕ ਹੈ। ਹਾਂਜੀ ਆਏ ਬਾਜ਼ਾਰ ਫੇਰ ਕਰਕੇ ਤੈਨੂੰ ਭੁੱਖ ਹੀ ਲੱਗ ਗਈ ਹੈ, ਕੀ ਕਰਾਂ? ਬਿਸਕਿਟ ਖਾ ਲਾ, ਪੁੱਛਦੀ ਹਾਂ ਆਪਾਂ ਖਾ ਸਕਦੇ ਕਿ ਨਹੀਂ। ਹੈਲੋ ਹੈਲੋ, ਹਾਂਜੀ ਕੀ ਹਾਲ ਚਾਲ? ਹਾਂਜੀ ਵਧੀਆ, ਤੁਸੀਂ ਦੱਸੋ ਕਿਵੇਂ, ਕਿਆ ਰੱਖ ਲਿਆ ਤੁਸੀਂ? ਹੈ ਵਰਤ ਰੱਖ ਲਿਆ ਤੁਸੀਂ? ਹਾਂ ਵਰਤ ਰੱਖਿਆ ਹੋਇਆ ਹੈ, ਮੈਂ ਬਾਜ਼ਾਰ ਆਈ ਸੀ ਸ਼ੋਪਿੰਗ ਕੀਤੀ ਹੈ। ਹਾਂਜੀ ਖਾ ਗਈ ਹੈ, ਮੇਰਾ ਦਿਲ ਕਰ ਰਿਹਾ ਕੋਈ ਚੀਜ਼ ਖਾਓ। ਨਹੀਂ ਨਹੀਂ ਕੁਛ ਨਹੀਂ ਖਾਣਾ, ਤੁਸੀਂ ਖਾਧਾ ਤਾਂ ਨਹੀਂ ਕੁਛ? ਮੈਂ ਬਿਸਕਿਟ ਸੋਚ ਰਹੀ ਹਾਂ ਖਾ ਲਵਾਂ। ਖਾਣਾ? ਨਹੀਂ ਬਿਸਕਿਟ ਨਹੀਂ ਖਾਣੀ। ਹਾਂ ਅੱਛਾ ਚੱਲ ਠੀਕ ਹੈ ਫਿਰ, ਓਕੇ ਬਾਈ। ਚੋਕਲੇਟ ਤੇ ਖਾਈ ਸਕਦੇ ਹੋਣੇ, ਪੁੱਛਦੀ ਹਾਂ। ਹੈਲੋ ਹੈਲੋ ਅਮਰੀਕ, ਯਾਰ ਮੈਂ ਪੁੱਛਣਾ ਸੀਗਾ ਚੋਕਲੇਟ ਖਾ ਲਵਾਂ? ਨਹੀਂ ਨਹੀਂ ਚੋਕਲੇਟ ਵੀ ਨਹੀਂ ਖਾਣਾ, ਤੇ ਬਹੁਤ ਤੱਕ ਲੱਗੀ ਨਹੀਂ, ਸ਼ੋਪਿੰਗ ਸੈਂਟਰ ਦੇ ਬਾਹਰ ਬੈਠੀ ਹੋਈ ਸੀ। ਕਿਹੜੇ ਸ਼ੋਪਿੰਗ ਸੈਂਟਰ ਦੇ ਸੀ? ਯਾਰ ਆਹੀ ਜਿਹੜਾ ਆਪਣੇ ਘਰ ਦੇ ਕੋਲ ਨਾ। ਮੈਂ ਵੀ ਇੱਥੇ ਸੀ। ਅੱਛਾ ਮੈਂ ਤੇ ਬਾਹਰ ਹੀ ਬੈਠੀ ਹੋਈ ਸੀ। ਚਲੋ ਮੈਂ ਆ ਗਈ ਬਾਹਰ। ਚਲੋ ਆ ਜਾ। ਯਾਰ ਬਿਸਕਿਟ ਨਹੀਂ ਖਾ ਸਕਦੀ, ਚੋਕਲੇਟ ਨਹੀਂ ਖਾ ਸਕਦੀ, ਹੁਣ ਮੈਂ ਕੀ ਕਰਾਂ? ਤੰਗ ਆ ਗਈ ਮੈਂ ਸੇਬ ਖਾ ਖਾ ਕੇ। ਚਿੱਟੇ ਖਾਈ ਸਕਦੇ ਹੋਣੇ ਹੈ, ਮੈਂ ਤਿਆਰ ਨਹੀਂ ਹੋਇਆ, ਕਹਿੰਦੀ ਸੀ ਸਬਜ਼ੀਆਂ ਖਾ ਸਕਦੇ ਹੈ। ਸ਼ਰਧਾ ਹੋਣੀ ਚਾਹੀਦੀ, ਸ਼ਰਧਾ ਮੇਰੇ ਚ ਬੋਲ।